सतगुरु सच्चे पातशाह अपनी बाणी दे अंदर यह वचन करते हैं कि तेरी भावना जिहड़ी है ना मनुख दी ਉਹ ਜਿਤਨੇ ਗਹਿਰੇ ਸਮਰਪਣ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਆਏਗਾ ਉਤਨਾ ਹੀ ਪਿਆਰ ਗੁਰੂ ਤੋਂ ਪਾਸੋਂ ਉਹ ਲੈ ਕੇ ਜਾਏਗਾ। ਜੇਕਰ ਮਨੁੱਖ ਦਾ ਸਮਰਪਣ ਘੱਟ ਹੋਵੇ, ਸਮਰਪਿਤਤਾ ਉਹਦੀ ਨਾ ਹੋਵੇ, ਡੈਡੀਕੇਸ਼ਨ ਉਹਦੀ ਘੱਟ ਹੋਵੇ, ਉਪਰਲੇ ਮਨ ਤੋਂ ਸਿਰਫ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਹਜ਼ੂਰ ਪਧਾਰਦਾ ਹੋਵੇ ਤੇ ਨਿਰੰਕਾਰ ਅਕਾਲ ਪੁਰਖ, ਜਿਵੇਂ ਆਪਾਂ ਰਾਤ ਵੀ ਬਚਨ ਕਰ ਰਹੇ ਸੀ ਕਿ ਗੁਰੂ ਅਕਾਲ ਪੁਰਖ ਸਾਡੇ ਹੱਥਾਂ ਦੀ ਮਾਇਆ ਵੱਲ ਨਹੀਂ ਵੇਖਦਾ, ਸਾਡੇ ਰੂਪ ਰੰਗ ਵੱਲ ਨਹੀਂ ਵੇਖਦਾ, ਸਾਡੇ ਵਸਤਰਾਂ ਵੱਲ ਨਹੀਂ ਵੇਖਦਾ। ਅਕਾਲ ਪੁਰਖ ਤੇ ਸਾਡੇ ਹਿਰਦੇ ਦੇ ਅੰਦਰ ਦੇ ਪਿਆਰ ਨੂੰ ਵੇਖਦਾ ਹੈ ਔਰ ਪਿਆਰ ਦੇ ਉੱਪਰ ਇਹ ਗੱਲ ਨਿਰਭਰ ਕਰਦੀ ਹੈ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਿੱਦਾਂ ਦੀ ਕਰਨਗੇ। ਹੁਣ ਜਿਤਨਾ ਮਨੁੱਖ ਦੇ ਅੰਦਰ ਪਿਆਰ ਹੋਏਗਾ ਗੁਰੂ ਦੇ ਪ੍ਰਤੀ, ਸੰਸਾਰ ਦੇ ਵਿੱਚ ਵੀ ਇੱਦਾਂ ਹੀ ਹੈ। ਇੱਕ ਪਾਸੇ ਮਾਂ ਦਾ ਆਪਣਾ ਜੰਮਿਆ ਬੱਚਾ ਖਲੋਤਾ ਹੋਵੇ ਤੇ ਇੱਕ ਪਾਸੇ ਗੁਆਂਢੀਆਂ ਦਾ ਬੱਚਾ ਖਲੋਤਾ ਹੋਵੇ, ਉਮਰ ਕਰਕੇ ਦੋਵੇਂ ਇੱਕੋ ਜਿਹੇ ਹੋਣ, ਗੱਲ ਨੂੰ ਤੁਸੀਂ ਆਪ ਸਮਝ ਲੈਣਾ। ਇੱਕ ਦੋ ਬੱਚੇ ਖਲੋਤੇ ਹੋਣ, ਇੱਕੋ ਉਮਰ ਦੇ ਹੋਣ, ਇੱਕ ਤੇ ਮਾਂ ਦਾ ਆਪਣਾ ਜੰਮਿਆ ਹੋਇਆ ਤੇ ਇੱਕ ਗੁਆਂਢੀਆਂ ਦਾ ਬੱਚਾ, ਤੇ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਮਾਂ ਜੇ ਦੋਵੇਂ ਰੋਂਦੇ ਆ ਤੇ ਉਹ ਪਹਿਲਾਂ ਕਿਸ ਨੂੰ ਗੋਦੀ ਚੁੱਕੇਗੀ, ਉਹ ਆਪਣੇ ਬੱਚੇ ਨੂੰ ਉਹ ਪਹਿਲਾਂ ਚੁੱਪ ਕਰਾਏਗੀ, ਆਪਣੇ ਬੱਚੇ ਨੂੰ ਉਹ ਪਿਆਰ ਦੇਗੀ, ਕਿਉਂਕਿ ਉਹਦੇ ਵਾਸਤੇ ਜਿਹੜਾ ਆਪਣਾ ਬੱਚਾ ਉਹ ਅਤ ਜ਼ਰੂਰੀ ਆ, ਉਹਦੇ ਨਾਲ ਉਹਦਾ ਪਿਆਰ ਤੇ ਸਨੇਹ ਜੁੜਿਆ ਹੋਇਆ। ਹੁਣ ਜੇਕਰ ਅਸੀਂ ਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪੜ੍ਹਦੇ ਤੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਜੇਕਰ ਅਸੀਂ ਇੱਥੋਂ ਤੱਕ ਇਸ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਲਾਗੂ ਕਰ ਲਈਏ, ਇੰਪਲੀਮੈਂਟ ਕਰ ਲਈਏ, ਤੇ ਫਿਰ ਅਗਲੀ ਖੇਡ ਵੀ ਵਾਪਰ ਜਾਣੀ ਹੈ ਜੋ ਸਾਹਿਬ ਜੀ ਕਿਰਪਾ ਕਰਦੇ ਹੋਏ ਬਚਨ ਕਰਦੇ ਆ। ਜਦੋਂ ਅਸੀਂ ਇੱਥੋਂ ਤੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਬਚਨਾਂ ਨੂੰ ਮੰਨ ਲਿਆ ਤੇ ਮਹਾਰਾਜ ਜੀ ਕਹਿੰਦੇ ਨੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰੱਖ ਸਭਨੀ ਥਾਈ, ਫਿਰ ਅਗਲੀ ਖੇਡ ਇਹ ਵਾਪਰੇਗੀ, ਗੁਰੂ ਸਾਹਿਬ ਅਗਲੀ ਕਿਰਪਾ ਇਹ ਕਰਨਗੇ। ਤੂੰ ਮੇਰਾ ਰੱਖ ਸਭਨੀ ਥਾਈ, ਤਾ ਭਉ ਕਿਹਾ ਕਾੜਾ ਜੀਓ, ਤੇ ਹੁਣ ਮੈਨੂੰ ਕਿਸੇ ਦਾ ਕੀ ਫਿਕਰ, ਮੈਨੂੰ ਕਿਸੇ ਦੀ ਕੀ ਚਿੰਤਾ, ਕਾੜੇ ਦਾ ਭਾਵ ਹੈ ਮੈਨੂੰ ਹੁਣ ਕਿਸੇ ਨਾਲ ਕੀ ਲੈਣਾ ਦੇਣਾ, ਕੋਈ ਕੁਝ ਵੀ ਕਰਦਾ ਫਿਰੇ ਪਰ ਮੈਨੂੰ ਗੁਰੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸੰਭਾਲਣ ਵਾਲਾ। ਹੁਣ ਇਹ ਜਿਹੜੀ ਭਾਵਨਾ ਮਨ ਦੇ ਅੰਦਰ ਕਿਵੇਂ ਪੈਦਾ ਹੋਏਗੀ, ਜਦੋਂ ਸਾਡੀ ਸਮਰਪਿਤਤਾ, ਸਾਡੀ ਡੈਡੀਕੇਸ਼ਨ, ਸਾਡੀ ਭਾਵਨਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇਗੀ, ਤੇ ਸਾਡੇ ਮਨ ਦੇ ਵਿੱਚ ਭਾਵਨਾ ਕਿਵੇਂ ਪੈਦਾ ਹੋਏਗੀ, ਜਦੋਂ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਾਂਗੇ, ਬਾਣੀ ਨੂੰ ਪੜ੍ਹਾਂਗੇ, ਸਿਮਰਨ ਕਰਾਂਗੇ ਔਰ ਆਪਣੀ ਜਵਾਨੋਂ ਆਖਾਂਗੇ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਮਨ ਦੇ ਵਿੱਚ ਭਾਵਨਾ ਪੈਦਾ ਹੋ ਜਾਏਗੀ। ਜ਼ਰੂਰੀ ਨਹੀਂ ਕੋਈ ਭਾਂਡਾ ਮੈਲਾ ਹੋ ਗਿਆ, ਕੋਈ ਕੱਪੜਾ ਮੈਲਾ ਹੋ ਗਿਆ, ਇਹਨੂੰ ਆਪਾਂ ਸੁੱਟ ਦੇਈਏ। ਜੇ ਭਾਂਡਾ ਜੂਠਾ ਹੋ ਗਿਆ, ਭਾਂਡਾ ਮੈਲਾ ਹੋ ਗਿਆ, ਤੇ ਉਹਨੂੰ ਧੋ ਕੇ ਸਾਫ਼ ਕਰਕੇ ਉਹਨੂੰ ਦੁਬਾਰਾ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਜਾਂਦਾ। ਆਪਾਂ ਘਰਾਂ ਵਿੱਚ ਇੱਦਾਂ ਹੀ ਕਰਦੇ ਹਾਂ ਨਾ, ਕੁਛ ਚੀਜ਼ਾਂ ਬਣੀਆਂ ਹੀ ਇੱਦਾਂ ਹੁੰਦੀਆਂ ਨੇ ਕਿ ਯੂਜ਼ ਐਂਡ ਥਰੋ, ਇਹਨਾਂ ਨੂੰ ਵਰਤੋਂ ਤੇ ਸੁੱਟ ਦਿਓ। ਪਰ ਜਿਹੜੇ ਸਾਡੇ ਕਿਚਨ ਦੇ ਰਸੋਈ ਦੇ ਬਰਤਨ ਹੈ, ਉਹ ਸਾਲਾਂ ਤੋਂ ਸਾਡੇ ਘਰ ਦੇ ਵਿੱਚ ਉਹੀ ਬਰਤਨ ਆ, ਅਸੀਂ ਰੋਜ਼ ਉਹਨਾਂ ਦੇ ਵਿੱਚ ਖਾਣਾ ਖਾਂਦੇ ਹਾਂ, ਕੋਈ ਘਰ ਦੇ ਵਿੱਚ ਆਉਂਦਾ ਮਹਿਮਾਨ ਉਹ ਵੀ ਖਾਣਾ ਖਾਂਦਾ, ਕੋਈ ਹੋਰ ਬੰਦਾ ਆਉਂਦਾ ਉਹ ਵੀ ਖਾਣਾ ਖਾਂਦਾ, ਪਾਣੀ ਪੀਂਦਾ, ਚਾਹ ਪੀਂਦਾ, ਭਾਂਡੇ ਜਿਹੜੇ ਨੇ ਉਹ ਇੱਕ ਵਾਰ ਗੰਦੇ ਹੋ ਜਾਂਦੇ ਨੇ, ਜੂਠੇ ਹੋ ਜਾਂਦੇ ਨੇ, ਅਸੀਂ ਉਹਨਾਂ ਨੂੰ ਧੋ ਦਿੰਦੇ ਹਾਂ ਤੇ ਦੁਬਾਰਾ ਫਿਰ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਹਾਂ, ਅਸੀਂ ਕੱਪੜੇ ਸਾਲਾਂ ਸਾਲਾਂ ਤੋਂ ਪਾਉਂਦੇ ਹਾਂ, ਕੋਈ ਕੱਪੜਾ ਸਾਡਾ ਅੱਜ ਪਾਇਆ ਗੰਦਾ ਹੋ ਗਿਆ, ਤੇ ਮੇਰਾ ਤੇ ਖਿਆਲ ਹੈ ਵੀ ਜਿਤਨੇ ਆਪਾਂ ਬੈਠੇ ਹਾਂ ਸਾਰੇ ਹੀ ਆਪਾਂ ਇੱਕ ਵਾਰ ਕੱਪੜਾ ਪਾ ਕੇ ਤੇ ਨਹੀਂ ਅਸੀਂ ਸੁੱਟ ਦਿੰਦੇ ਨਾ, ਅੱਜ ਪਾਇਆ ਗੰਦਾ ਹੋ ਗਿਆ, ਮੈਲਾ ਹੋ ਗਿਆ, ਤੇ ਫਿਰ ਅਸੀਂ ਇਸ ਨੂੰ ਦੁਬਾਰਾ ਧੋ ਕੇ ਦੁਬਾਰਾ
फिर पहन लैने। गुरु नानक देव जी महाराज एहो ही वचन करते हैं ना कि जे अज कुछ दी मत मैली हो गई, अज कोई माड़े कर्म करन लग पिया, अज किसी की बोली माड़ी हो गई, यह मतलब यह नहीं कि उन्हें संसार विचों चले जाना चाहिए। महाराज जी कहते हैं कोई गल नहीं, जिवें भांडे मैले होए कपड़े मैले होए उन्होंने धोण तो बाद आप दोबारा वरत लिया ना, यह जिहड़ी तेरी मत है तेरा जिहड़ा शरीर है यह मैला हो गया, इनू भी एक बारी साफ कर लो। महाराज जी कहते मूत पलीती कपड़ होए दे साबुन लई है ओ धोए। महाराज सच्चे पातशाह ने दस्या ये मैथड है साढ़े को, असी दुनिया विच इदां ही करते आ रहे हैं। महाराज कहते जे कपड़े कितने भी गंदे हो जाण, कितने भी मैले हो जाण, उन्हां साफ करन दा एक तरीका है, मैथड है, साबण की वरतों करो, कपड़िया ने साफ हो जाना ते दोबारा वह फेर पाउण दे योग हो जाने हैं। इदां ही मत भावे जिन्नी मर्जी मैली हो जाए, विचार भावे जितने मर्जी अशुद्ध हो जाण, महाराज जी कहते भरी है मत पापा कै संग ओ तो पै नावै कै। हुण महाराज जी कहते नाम दे रंग दे नाल धो देना है, नाम दे रंग नाल इस मन नूं इस अंदर नूं इस हिरदे नूं साफ करना। महाराज सच्चे पातशाह जी कृपा करते हुए कहते हैं जो तेरा मन साफ हो जाएगा, जो तेरा मन सोहना हो जाएगा, फिर गुरु अकाल पुरख वाहिगुरु परमेश्वर जी के चरणों में प्रवान हो जाएगा। गुरु साहब ते हरेक नूं वेखदे जरूर है, पर जो किसी के हिरदियां दे विच मैल हुंदी है ते वो गुरु के चरणों में एक्सैप्ट नहीं हुंदा, प्रवान नहीं हुंदा। सो इस करके असी समर्पितता दे नाल, भावना दे नाल, डेडिकेशन दे नाल ही नाम जपना, बाणी पढ़नी है, सेवा करनी है, सिमरन करना, तां जो जिहड़ा साडा मन है वह साफ हो जाए। गुरु साहब जी दे आपां बचन इहो ही सरवण कर रहे सी कि मैं उस अकाल पुरख परमेश्वर दे चरणां दे विच अपना मन जिहड़ा है वह भेटा दे वजो रख दिता है। तो जितने भी आप जी बचन गुरबाणी दे विचो पढ़ोगे, गुरबाणी दे विचो सुनोगे, तुहानू हर एक बचन दे विचो गुरु साहब जी दा इहो ही प्यार जिहड़ा है वह हासिल होना। सतगुरु सच्चे पातशाह अपने समय के अनुसार बड़ी ऐसी कृपा सतगुरु जी करते हैं। गुरु हरगोबिंद साहब महाराज सच्चे पातशाह छेवें पातशाह सतगुरु और धन गुरु तेग बहादुर साहब महाराज सच्चे पातशाह एक वार्ता है जो दोवें गुरु साहबाना के जीवन के नाल कलैबरेट करती है, सांझी है दोवां गुरु साहबाना के जीवन की एक वार्ता। गुरु हरगोबिंद साहब महाराज सच्चे पातशाह जी के नाल एक महाराज की जंग हुई ते उस जंग दे विच एक गुरु का प्यारा सी भाई मुगलू उन्होंने साथ दिता, उन्होंने गुरु साहब सच्चे पातशाह जी दे नाल होके जंगे मैदान दे विचो लड़े जूझे और सतगुरु गुरु हरगोबिंद साहब महाराज उस जंगे मैदान दे विचो उन्होंने जित प्राप्त की। रात मैं जिहड़े तुहाडे दे विचों रिपीट ने सारे जिहड़े तुसीं रात संगत आए सी, रात मैं हिंदी दे विच बोलण दा यतन कीता सी, उहना मैं जिहड़ा लाइव चलदा इहदा लिंक मैं अपने पेज वगैरह दे उत्ते अपने वट्सअप अपने इंस्टाग्राम दे उपर पाया ते तकरीबन जो सुनन वाले सी उहना मैनूं सारिया कहा कि तुसीं कृपा करके पंजाबी दे विच ही बोलणा, पर फिर भी मैं तुहानू एक बारी यह सवाल पूछ लवां, तुहानू समझ ते आ रहा ने, आ रहा प्रोपर, जे तुसी ना भी कह देंदे ते मैं तां भी पंजाबी च ही बोलना सी, इह ते तुहाडा मन रखिआ कि तुहानू समझ आ रहा ठीक है, क्योंकि अपनी एक लैंग्वेज हुंदी है जो फ्लुएंट हुंदी है, सो आपां उस लैंग्वेज दे विच आपां प्रोपर जिहड़ा है वह वे ऑफ टॉकिंग बंदे दा अच्छा रहिंदा है। मैं बेनती कर रहा सी गुरु हरगोबिंद साहब महाराज जी ने चार जंगा लड़िया ने, चार युद्ध लड़े ने अपनी पूरी जिंदगी दे विच,
ਤੇ ਉਸ ਗੁਰੂ ਕੇ ਪਿਆਰੇ ਦਾ ਨਾਮ ਸੀ ਭਾਈ ਮੁਗਲੂ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਮੁਗਲਾਂ ਦੇ ਨਾਲ, ਵੈਰੀਆਂ ਦੇ ਨਾਲ, ਜ਼ਾਲਮਾਂ ਦੇ ਨਾਲ ਲੜ ਰਿਹਾ ਸੀ। ਬਹੁਤ ਬਹਾਦਰੀ ਦੇ ਨਾਲ, ਬਹੁਤ ਤਾਕਤ ਦੇ ਨਾਲ ਭਾਈ ਮੁਗਲੂ ਜੀ ਜੰਗੇ ਮੈਦਾਨ ਵਿੱਚ ਲੜੇ, ਜੂਝੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੀ ਭਾਵਨਾ ਵੇਖ ਕਰਕੇ, ਉਹਦੀ ਡੈਡੀਕੇਸ਼ਨ, ਉਹਦੀ ਸਮਰਪਿਤਤਾ ਵੇਖ ਕਰਕੇ ਬਹੁਤ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਮੁਗਲੂ ਨੂੰ ਪੁੱਛਿਆ, ਦੱਸੋ ਤੁਹਾਨੂੰ ਕੀ ਚਾਹੀਦਾ। ਗੁਰੂ ਸਾਹਿਬ ਪੁੱਛ ਰਹੇ ਹੈ ਭਾਈ ਮੁਗਲੂ ਜੀ ਨੂੰ, ਦੱਸੋ ਤੁਹਾਨੂੰ ਕੀ ਚਾਹੀਦਾ। ਇੱਕ ਮੈਂ ਰੋਕ ਕੇ ਤੁਹਾਨੂੰ ਬੇਨਤੀ ਕਰਾਂ, ਅਗਰ ਸੇਮ ਕੁਐਸਚਨ ਗੁਰੂ ਸਾਹਿਬ ਅੱਜ ਦੇ ਦਿਨ ਸਾਨੂੰ ਪੁੱਛ ਲੈਣ ਕਿ ਦੱਸੋ ਤੁਹਾਨੂੰ ਕੀ ਚਾਹੀਦਾ, ਆਪਣੇ ਆਪਣੇ ਮਨ ਵਿੱਚ ਸੋਚੋ ਕੀ ਮੰਗੋਗੇ ਗੁਰੂ ਸਾਹਿਬ ਤੋਂ, ਕੀ ਮੰਗ ਸਕਦੇ ਹਾਂ ਅਸੀਂ ਗੁਰੂ ਸਾਹਿਬ ਤੋਂ। ਤੁਸੀਂ ਜਿੰਨੇ ਵੀ ਆਪਾਂ ਬੈਠੇ ਹਾਂ, ਇਨਕਲੂਡ ਮੀ, ਕਿ ਆਪਾਂ ਗੁਰੂ ਸਾਹਿਬ ਨੇ ਸਾਨੂੰ ਸਵਾਲ ਕੀਤਾ, ਸਾਨੂੰ ਕਹਿ ਦਿੱਤਾ, ਸਾਨੂੰ ਆਫਰ ਦੇ ਦਿੱਤੀ ਗੁਰੂ ਸਾਹਿਬ ਨੇ, ਇੱਕ ਮੰਗੋ ਕੀ ਮੰਗ ਸਕਦੇ ਹੋ। ਤੇ ਮੇਰਾ ਖਿਆਲ ਹੈ ਕਿ ਮੇਰੇ ਵਾਂਗੂ ਅਸੀਂ ਸਾਰੇ ਕਹਾਂਗੇ ਤਰੱਕੀਆਂ ਮਿਲ ਜਾਣ, ਪੁੱਤਰ ਧੀ ਮਿਲ ਜਾਏ, ਸਾਡਾ ਬੱਚਾ ਵਿਦੇਸ਼ ਚਲਿਆ ਜਾਏ, ਇੱਦਾਂ ਦੀਆਂ ਕੁਝ ਅਸੀਂ ਡਿਮਾਂਡਸ ਜਿਹੜੀਆਂ ਨੇ ਉਹ ਸਾਡੇ ਮਨ ਵਿੱਚ ਨੇ। ਕਿਸੇ ਦਾ ਘਰ ਨਹੀਂ ਆ, ਉਹ ਘਰ ਮੰਗੇਗਾ, ਕਿਸੇ ਕੋਲ ਪੜ੍ਹਾਈ ਨਹੀਂ ਹੈ, ਕਿਸੇ ਨੇ ਕੋਈ ਪੇਪਰ ਦਿੱਤਾ ਹੈ ਨੌਕਰੀ ਦਾ, ਉਹ ਕਹੇਗਾ ਮੈਂ ਪਾਸ ਹੋ ਜਾਵਾਂ, ਕੁਛ ਇੱਦਾਂ ਦੀਆਂ ਸਮਥਿੰਗ ਇਹਦੇ ਨੀਅਰ ਅਬਾਊਟ, ਇਹਦੇ ਅਰਾਊਂਡ ਹੀ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਘੁੰਮਣਗੀਆਂ। ਇਹੋ ਕੁਝ ਅਸੀਂ ਮੰਗ ਸਕਦੇ ਹਾਂ, ਇਸ ਤੋਂ ਜ਼ਿਆਦਾ ਸਾਡੀ ਸੋਚ ਨਹੀਂ ਹੈ, ਕਿਉਂਕਿ ਅਸੀਂ ਦੁਨਿਆਵੀ ਬੰਦੇ ਹਾਂ। ਮੈਂ ਵੀ ਇਹੋ ਕਹਿ ਸਕਦਾ ਵੀ ਗੁਰੂ ਸਾਹਿਬ ਕਿਰਪਾ ਕਰਿਓ, ਰਹਿਮਤ ਕਰਿਓ, ਆਪ ਜੀ ਬਖਸ਼ਿਸ਼ ਕਰਿਓ, ਘਰ ਪਰਿਵਾਰ ਖੁਸ਼ੀਆਂ ਬਖਸ਼ਿਓ, ਮਾਇਆ ਦੇ ਖਜ਼ਾਨੇ ਬਖਸ਼ਿਓ, ਕਿਉਂਕਿ ਅਸੀਂ ਦੁਨਿਆਵੀ ਬੰਦੇ ਹਾਂ। ਪਰ ਜਿੰਨਾ ਜਿੰਨਾ ਗੁਰੂ ਕੇ ਪਿਆਰਿਆਂ ਦੀ ਜਿਹੜੀ ਸੁਰਤ ਹੈ ਨਾ, ਉਹ ਗੁਰੂ ਨਾਲ ਜੁੜੀ ਹੁੰਦੀ ਹੈ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਆ, ਉਹ ਇਹ ਚੀਜ਼ਾਂ ਨਹੀਂ ਮੰਗਦੇ ਫਿਰ, ਉਹ ਇਹ ਚੀਜ਼ਾਂ ਨਹੀਂ ਮੰਗਦੇ। ਉਹ ਕਹਿੰਦੇ ਕਿ ਗੁਰੂ ਸਾਹਿਬ ਬਾਕੀ ਭਾਵੇਂ ਕੁਝ ਵੀ ਨਾ ਮਿਲੇ, ਪਰ ਸਾਨੂੰ ਤੁਸੀਂ ਮਿਲਣੇ ਚਾਹੀਦੇ ਹੋ, ਆਖੋ ਸਤਨਾਮ ਸ਼੍ਰੀ। ਉਹ ਕਹਿੰਦੇ ਗੁਰੂ ਸਾਹਿਬ ਸਾਨੂੰ ਹੋਰ ਭਾਵੇਂ ਕੁਝ ਵੀ ਨਾ ਮਿਲੇ, ਪਰ ਸਾਨੂੰ ਤੇਰਾ ਪਿਆਰ ਮਿਲਣਾ ਚਾਹੀਦਾ। ਭਾਈ ਮੁਗਲੂ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ, ਦੱਸ ਭਾਈ ਮੁਗਲੂ, ਅਸੀਂ ਤੇਰੇ ਤੇ ਖੁਸ਼ ਹਾਂ, ਅਸੀਂ ਤੇਰੇ ਤੇ ਪ੍ਰਸੰਨ ਹਾਂ, ਕੀ ਚਾਹੀਦਾ ਦੱਸ। ਭਾਈ ਮੁਗਲੂ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰੀ ਕੋਈ ਮੰਗ ਹੈ ਆਪ ਜੀ ਦੇ ਚਰਨਾਂ ਵਿੱਚ, ਕਿ ਮੇਰਾ ਸਿਰ ਜਿਹੜਾ ਹੈ ਨਾ, ਇਹ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਇਸ ਸਰੀਰ ਦੇ ਵਿੱਚੋਂ ਜਾਨ ਨਿਕਲੇ, ਭਾਵ ਕਿ ਜਿਸ ਦਿਨ ਮੇਰਾ ਆਖਰੀ ਦਿਨ ਹੋਵੇ ਨਾ, ਜਿਸ ਦਿਨ ਮੇਰੀ ਮੌਤ ਹੋਵੇ, ਆਪ ਜੀ ਕਿਰਪਾ ਕਰਿਓ, ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਮਰਨਾ ਚਾਹੁੰਦਾ ਹਾਂ, ਮੇਰੀ ਇਹ ਡਿਮਾਂਡ ਹੈ, ਮੇਰੀ ਇਹ ਸੋਚ ਹੈ, ਮੈਂ ਚਾਹੁੰਦਾ ਕਿ ਮੇਰੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਐਸੀ ਕਿਰਪਾ ਕਰਿਓ, ਐਸੀ ਬਖਸ਼ਿਸ਼ ਕਰਿਓ। ਭਾਈ ਮੁਗਲੂ ਬੜਾ ਕੁਝ ਮੰਗ ਸਕਦਾ ਸੀ, ਮਹਾਰਾਜ ਨੇ ਉਹਨੂੰ ਆਖਿਆ ਜੋ ਤੂੰ ਮੰਗੇਗਾ ਉਹੀ ਉਹ ਕੁਝ ਤੈਨੂੰ ਮਿਲ ਜਾਣਾ, ਪਰ ਭਾਈ ਮੁਗਲੂ ਨੇ ਕੁਝ ਨਹੀਂ ਮੰਗਿਆ, ਮਹਾਰਾਜ ਸਾਹਿਬ ਨੂੰ ਇੱਕੋ ਹੀ ਬਚਨ ਕੀਤਾ ਕਿ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੈਂ ਮਰਾਂ, ਜਦੋਂ ਖਤਮ ਹੋਵਾਂ, ਸਤਿਗੁਰੂ ਜੀ ਮੇਰਾ ਸਿਰ ਤੇਰੇ ਚਰਨਾਂ ਦੇ ਵਿੱਚ ਹੋਣਾ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਤੇਰੇ ਨਾਲ ਵਾਅਦਾ ਕਿ ਜਿੰਨੀ ਤੇਰੀ ਸਵਾਸਾਂ ਰੂਪੀ ਪੂੰਜੀ ਹੈ ਉਤਨੀ ਤੂੰ ਭੋਗਣੀ ਹੈ, ਤੇ ਜਿਸ ਦਿਨ ਤੇਰਾ ਆਖਰੀ ਦਿਨ ਹੋਵੇਗਾ ਅਸੀਂ ਤੇਰੇ ਸਾਹਮਣੇ ਹੋਵਾਂਗੇ। ਗੁਰੂ ਸਾਹਿਬ ਨੇ ਵਾਅਦਾ ਕਰ ਦਿੱਤਾ ਆਪਣਾ, ਪਰ ਸਮਾਂ ਤੇ ਸਬੱਬ ਬਣਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਭਾਈ ਮੁਗਲੂ ਅਜੇ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਸਾਰ ਤੋਂ ਚਲੇ ਗਏ, ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੰਸਾਰ ਤੋਂ ਚਲੇ ਗਏ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੰਸਾਰ ਤੋਂ ਚਲੇ ਗਏ, ਤੇ ਸਮਾਂ ਆ ਗਿਆ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅੱਗੇ ਸ਼ਹੀਦੀ ਦਿਹਾੜਾ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆ ਗਿਆ, ਜਿਵੇਂ ਗੁਰੂ ਸਾਹਿਬ ਬਾਣੀ ਵਿੱਚ ਇੱਕ ਬਚਨ ਕਰਦੇ ਬੜਾ ਪਿਆਰਾ, ਕਹਿੰਦੇ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲੱਟੀ।
ਕਹਿੰਦੇ ਆ ਗੁਰੂ ਕੋ ਪਿਆਰਿਓ ਇਸ ਗੱਲ ਨੂੰ ਚਿੱਤ ਔਰ ਚੇਤੇ ਦੇ ਵਿੱਚ ਰੱਖਣਾ ਹੈ, ਧਿਆਨ ਦੇ ਵਿੱਚ ਰੱਖਣਾ ਹੈ ਕਿ ਗੁਰੂ ਨੇ ਆਪਣੇ ਸਿਰਫ ਸਰੀਰ ਬਦਲੇ ਹੈ ਪਰ ਅੰਦਰ ਵਾਲੀ ਜੋਤ ਨਹੀਂ ਬਦਲੀ। ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੇਲੇ ਕਿਰਪਾ ਹੋ ਰਹੀ ਸੀ ਉਹੋ ਹੀ ਕਿਰਪਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਤੇ ਕੀਤੀ, ਔਰ ਜਿਹੜੀ ਕਿਰਪਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੀਤੀ ਸਮਾਂ ਪਾ ਕਰਕੇ, ਉਹੋ ਹੀ ਕਿਰਪਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤੀ, ਉਹ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਉਹ ਗੁਰੂ ਨਾਨਕ ਦੇਵ ਮਹਾਰਾਜ ਵਾਲੀ ਕਿਰਪਾ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ। ਪਰ ਸਾਡੀ ਭਾਵਨਾ ਵਾਲੀ ਅੱਖ ਹੋਵੇ ਵੇਖਣ ਵਾਲੀ ਤੇ ਸਾਨੂੰ ਸਭ ਕੁਝ ਨਜ਼ਰ ਆ ਸਕਦਾ, ਸਾਨੂੰ ਸਭ ਕੁਝ ਵੇਖ ਸਕਦਾ। ਦੁਨੀਆਂ ਵਿੱਚ ਜਦੋਂ ਸਾਡੇ ਅੰਦਰ ਭਾਵਨਾ ਤੇ ਪਿਆਰ ਹੋ ਜਾਏਗਾ ਅਸੀਂ ਫਿਰ ਸੰਗਤ ਵਿੱਚੋਂ ਵੀ ਗੁਰੂ ਵੇਖ ਸਕਦੇ ਹਾਂ, ਪਰ ਜੇ ਨਹੀਂ ਤੇ ਫਿਰ ਸਾਨੂੰ ਸਿਰਫ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਸਾਨੂੰ ਸਾਡੇ ਵੈਰੀ ਵਿਰੋਧੀ ਇਦਾਂ ਦੇ ਚੀਜ਼ਾਂ ਇਦਾਂ ਦੇ ਚਿਹਰੇ ਨਜ਼ਰ ਆਉਣਗੇ। ਪਰ ਜਦੋਂ ਗੁਰੂ ਸਾਹਿਬ ਨਾਲ ਪਿਆਰ ਹੋਏਗਾ ਮਹਾਰਾਜ ਜੀ ਫਿਰ ਕਹਿੰਦੇ ਆ ਜਤ ਦੇਖਾਂ ਤਤ ਤੂੰ, ਮੈਂ ਜਿੱਧਰ ਵੀ ਵੇਖਦਾ ਪਰਮੇਸ਼ਰ ਜੀ ਮੈਨੂੰ ਤੂੰ ਹੀ ਤੂੰ, ਮੈਨੂੰ ਤੁਸੀਂ ਤੁਸੀਂ ਵਿਖਦੇ ਆ। ਸਮਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਇਆ, ਭਾਈ ਮੁਗਲੂ ਸਾਹਿਬ ਨਾਮ ਜਪਣ ਵਾਲੇ ਨੇ, ਔਰ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਹੋਇਆ ਕਰਦੇ ਹਨ ਉਹਨਾਂ ਨੂੰ ਆਪਣਾ ਸਮਾਂ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਬਹੁਤ ਜ਼ਿਆਦਾ ਸਮਾਂ ਸੰਸਾਰ ਤੇ ਨਹੀਂ, ਅਸੀਂ ਥੋੜੇ ਦਿਨਾਂ ਬਾਅਦ ਸੰਸਾਰ ਤੋਂ ਚਲੇ ਜਾਵਣਾ। ਜਿਵੇਂ ਆਪ ਜੀ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜ ਮਿਲ ਕਰਕੇ ਬੈਠੇ ਹੋ ਨਾ, ਮਾਤਾ ਜੀ ਦੀ ਯਾਦ ਦੇ ਵਿੱਚ, ਔਰ ਇਹ ਜਿਹੜੇ ਮਹਾਂਪੁਰਖ ਹੁੰਦੇ ਆ ਨਾਮ ਜਪਣ ਵਾਲੇ ਨਾਮ ਰਸੀਏ, ਉਹਨਾਂ ਕੋਲ ਇਤਨਾ ਗਿਆਨ ਹੁੰਦਾ, ਉਹਨਾਂ ਕੋਲ ਅੰਤਰ ਆਤਮੇ ਇਤਨੀ ਸ਼ੁੱਧਤਾ ਹੁੰਦੀ ਹੈ ਕਿ ਉਹਨਾਂ ਨੂੰ ਆਪਣੀ ਮੌਤ ਦਾ ਵੀ ਆਭਾਸ ਹੋ ਜਾਂਦਾ ਕਿ ਮੈਂ ਹੁਣ ਮੇਰਾ ਜਿਹੜਾ ਸਮਾਂ ਹੈ ਸੰਸਾਰ ਤੇ ਬਹੁਤ ਥੋੜਾ ਰਹਿ ਗਿਆ, ਹੁਣ ਅੱਜ ਜਾਂ ਕੱਲ ਜਾਂ ਪਰਸੋਂ ਜਦੋਂ ਮੇਰਾ ਸਮਾਂ ਬਣਿਆ ਮੈਂ ਸੰਸਾਰ ਤੋਂ ਚਲੇ ਜਾਵਣਾ। ਭਾਈ ਮੁਗਲੂ ਸਾਹਿਬ ਉਹਨਾਂ ਨੇ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਆਖਿਆ ਕਿ ਆਹ ਆਪਣਾ ਘਰ ਦਾ ਜਿਹੜਾ ਦਰਵਾਜ਼ਾ ਹੈ ਨਾ, ਘਰ ਦੀ ਐਂਟਰੈਂਸ ਜਿਹੜੀ ਹੈ ਬੜੀ ਛੋਟੀ ਹੈ, ਕਹਿਣ ਲੱਗੇ ਇਸ ਘਰ ਦੀ ਐਂਟਰੈਂਸ ਨੂੰ ਇਸ ਘਰ ਦੇ ਦਰਵਾਜ਼ੇ ਨੂੰ ਤੋੜ ਦਿਓ, ਵੱਡਾ ਕਰ ਦਿਓ, ਖੁੱਲਾ ਕਰ ਦਿਓ। ਪਰਿਵਾਰ ਵਾਲਿਆਂ ਨੇ ਪੁੱਛਿਆ ਕਿ ਇਸ ਦਰਵਾਜ਼ੇ ਨੂੰ ਤੋੜਨ ਦੀ ਕੀ ਜ਼ਰੂਰਤ ਹੈ, ਵੱਡਾ ਕਿਉਂ ਕਰਨਾ। ਬੜੇ ਪਿਆਰ ਨਾਲ ਕਹਿਣ ਲੱਗੇ ਮੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਾਅਦਾ ਕੀਤਾ ਸੀ, ਮੁਗਲੂ ਜਿਸ ਦਿਨ ਤੇਰਾ ਅੰਤਿਮ ਦਿਨ ਹੋਏਗਾ ਮੈਂ ਤੇਰੇ ਸਾਹਮਣੇ ਹੋਵਾਂਗਾ, ਅੱਜ ਮੇਰੀ ਅੰਤਿਮ ਰਾਤ ਹੈ, ਅੱਜ ਮੇਰਾ ਅੰਤਿਮ ਸਮਾਂ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੇ ਤੇ ਕਿਰਪਾ ਕਰਨਗੇ, ਮੈਨੂੰ ਭਰੋਸਾ ਹੈ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ, ਔਰ ਮੇਰਾ ਦਿਲ ਕਰਦਾ ਗੁਰੂ ਸਾਹਿਬ ਨੂੰ ਘੋੜੇ ਤੋਂ ਉਤਰਨਾ ਨਾ ਪਵੇ, ਮੇਰੇ ਘਰ ਦਾ ਦਰਵਾਜ਼ਾ ਇਤਨਾ ਵੱਡਾ ਕਰ ਦਿਓ ਕਿ ਗੁਰੂ ਸਾਹਿਬ ਘੋੜੇ ਤੇ ਚੜ ਕੇ ਹੀ ਮੇਰੇ ਘਰ ਦੇ ਵਿੱਚ ਆ ਜਾਣ। ਹੁਣ ਸਿੱਖ ਦਾ ਇਦਾਂ ਦਾ ਭਰੋਸਾ ਤੇ ਪਿਆਰ ਹੋਣਾ ਚਾਹੀਦਾ, ਇਦਾਂ ਦਾ ਜਦੋਂ ਭਰੋਸਾ ਤੇ ਪਿਆਰ ਹੋਏਗਾ ਸਿੱਖ ਦਾ ਨਾ, ਫਿਰ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ। ਇਦਾਂ ਨਹੀਂ ਕਿ ਅਸੀਂ ਅਰਦਾਸ ਕਰ ਦਿੱਤੀ ਔਰ ਸਾਡੇ ਅੰਦਰ ਭਰੋਸਾ ਹੈ ਨਹੀਂ। ਜਿਵੇਂ ਡਾਕਟਰ ਇੱਕ ਬੜੀ ਪਿਆਰੀ ਗੱਲ ਕਹਿੰਦਾ ਹੁੰਦਾ, ਜਿਹੜੇ ਚੰਗੇ ਡਾਕਟਰ ਹੈ ਉਹ ਅਕਸਰ ਕਹਿੰਦੇ ਆ ਕਿ ਮੈਂ ਤੈਨੂੰ ਦਵਾ ਤੇ ਦੇ ਦਿੱਤੀ ਹੈ, ਤੇਰਾ ਇਲਾਜ ਹੋ ਜਾਏਗਾ, ਪਰ ਕੱਲੀ ਦਵਾ ਨਹੀਂ ਤੈਨੂੰ ਇਹਦੇ ਨਾਲ ਨਾਲ ਪਰਹੇਜ਼ ਵੀ ਰੱਖਣਾ ਪੈਣਾ ਹੈ। ਭਾਈ ਗੁਰਦਾਸ ਸਾਹਿਬ ਨੇ ਬਿਲਕੁਲ ਇਦਾਂ ਦਾ ਪਿਆਰਾ ਬਚਨ ਸਮਝਾਇਆ, ਕਹਿੰਦੇ ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟਾ ਰੋਗ ਸੁਖ ਸਹਿਜ ਸਮਾਈ ਹੈ। ਜੇ ਵੈਦ ਨੂੰ ਪੁੱਛ ਪੁੱਛ ਕੇ ਦਵਾਈਆਂ ਤੇ ਖਾਵੇ ਪਰ ਆਪਣਾ ਸੰਜਮ ਨਾ ਰੱਖੇ, ਉਹ ਜੇਕਰ ਆਪਣਾ ਸੰਜਮ ਨਹੀਂ ਰੱਖਦਾ ਤੇ ਫਿਰ ਉਹਦਾ ਜਿਹੜਾ ਰੋਗ ਆ ਉਹ ਖਤਮ ਨਹੀਂ ਹੋ ਸਕਦਾ। ਸਿਆਣਿਆਂ ਦੀ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਵੱਡਾ ਹੁੰਦਾ, ਅਰਦਾਸ ਨਾਲੋਂ ਭਰੋਸਾ ਵੱਡਾ ਹੁੰਦਾ। ਜੇਕਰ ਸਾਨੂੰ ਜਿਸ ਗੁਰੂ ਤੇ ਅਸੀਂ ਅਰਦਾਸ ਕਰ ਰਹੇ ਹਾਂ ਜੇ ਭਰੋਸਾ ਹੀ ਹੈ ਨਹੀਂ ਤੇ ਫਿਰ ਅਰਦਾਸ ਵੀ ਕਰਨ ਦੀ ਜ਼ਰੂਰਤ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਦਸ ਗੁਰੂ ਸਾਹਿਬਾਨਾਂ ਦੀ ਜੋਤ ਹੈ। ਸਿਰਫ ਇਹ ਨਹੀਂ ਕਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਗਿਆਨ ਦੀ ਗੱਲ ਹੋ ਗਈ ਤੇ ਗੱਲ ਖਤਮ ਹੋ ਗਈ, ਨਹੀਂ। ਜਿਹੜੇ ਭਾਵਨਾ ਵਾਲੇ ਨੇਤਰਾ ਉਹ ਮੈਂ ਫਿਰ ਬੇਨਤੀ ਕਰਾਂ, ਦੂਸਰੇ ਦੇ ਨੇਤਰਾਂ ਵਿੱਚੋਂ ਵੀ ਗੁਰੂ ਨੂੰ ਵੇਖ ਲੈਂਦੇ ਆ, ਤੇ ਜਿਨ੍ਹਾਂ ਦੇ ਨੇਤਰ ਕੋਈ ਨਹੀਂ
ਉਹਨਾਂ ਨੂੰ ਨੇੜੇ ਬੈਠਿਆਂ ਵੀ ਗੁਰੂ ਨਜ਼ਰ ਨਹੀਂ ਆਏਗਾ। ਹੁਣ ਭਾਈ ਮੁਗਲੂ ਦੀ ਭਾਵਨਾ ਸੀ, ਉਹਨੇ ਕਹਿ ਦਿੱਤਾ ਮੇਰੇ ਘਰ ਦਾ ਦਰਵਾਜ਼ਾ ਇਹਨੂੰ ਤੋੜ ਦਿਓ, ਖੁੱਲਾ ਕਰ ਦਿਓ, ਵੱਡਾ ਕਰ ਦਿਓ, ਕਿਉਂਕਿ ਮੇਰਾ ਭਰੋਸਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜ਼ਰੂਰ ਆਉਣਗੇ। ਤੇ ਹੋਇਆ ਵੀ ਇੱਦਾਂ, ਇਤਿਹਾਸ ਦੇ ਬਚਨ ਹੈ, ਮਾਲਵੇ ਦਾ ਪਿੰਡ ਹੈ, ਇਸ ਮਾਲਵੇ ਦੇ ਪਿੰਡ ਦੇ ਵਿੱਚ ਭਾਈ ਮੁਗਲੂ ਸਾਹਿਬ ਰਹਿੰਦੇ ਹੈ ਔਰ ਆਪਣੀ ਮੌਤ ਦਾ ਜਿਹੜਾ ਸਮਾਂ ਹੈ, ਨਾਮ ਜਪਣ ਵਾਲੇ ਮਹਾਂਪੁਰਖਾਂ ਨੂੰ ਅਕਸਰ ਇਹਨਾਂ ਗੱਲਾਂ ਦੇ ਅਭਾਸ ਹੋਇਆ ਕਰਦੇ ਆ, ਉਹਨਾਂ ਨੂੰ ਗਿਆਨ ਹੋਇਆ ਕਰਦਾ ਹੈ। ਤੇ ਜਦੋਂ ਮੌਤ ਦਾ ਸਮਾਂ ਕੁਝ ਸਮਾਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋਏ ਨੇ ਔਰ ਇਸ ਭਾਈ ਮੁਗਲੂ ਦੇ ਵਿਹੜੇ ਦੇ ਵਿੱਚ ਆ ਗਏ ਨੇ, ਬੜੇ ਪਿਆਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਆਖੇ, ਮੁਗਲੂ ਸਾਨੂੰ ਉਡੀਕ ਰਿਹਾ ਸੈਂ, ਗੁਰੂ ਨਾਨਕ ਦੇ ਘਰ ਉੱਤੇ ਤੇਰਾ ਭਰੋਸਾ ਸੀ, ਜੋ ਤੇਰੇ ਨਾਲ ਛੇਵੇਂ ਜਾਮੇ ਦੇ ਵਿੱਚ ਵਾਅਦਾ ਕੀਤਾ ਸੀ ਮੁਗਲੂ, ਉਸ ਵਾਅਦੇ ਨੂੰ ਨਿਭਾਉਣ ਵਾਸਤੇ ਅਸੀਂ ਅੱਜ ਤੇਰੇ ਵਿਹੜੇ ਦੇ ਵਿੱਚ ਪਹੁੰਚ ਗਏ। ਮਹਾਰਾਜ ਦੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੁਗਲੂ ਨਾਲ ਵਾਅਦਾ ਕੀਤਾ ਸੀ। ਭਾਈ ਮੁਗਲੂ ਨੇ ਆਖਿਆ ਸੀ, ਮਹਾਰਾਜ ਮੈਨੂੰ ਕੁਝ ਦੇਣਾ ਚਾਹੁੰਦੇ ਹੋ, ਮੇਰੇ ਤੇ ਕਿਰਪਾ ਕਰਨਾ ਚਾਹੁੰਦੇ ਹੋ, ਤਾਂ ਜਿਸ ਦਿਨ ਮੇਰਾ ਅੰਤਿਮ ਸਮਾਂ ਹੋਏਗਾ, ਕਿਰਪਾ ਕਰਕੇ ਉਸ ਦਿਨ ਮੈਂ ਚਾਹੁੰਦਾ ਕਿ ਮੇਰਾ ਸਿਰ ਤੇਰੇ ਕਦਮਾਂ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਫਿਰ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਣੇ ਚਾਹੀਦੇ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮੁਗਲੂ ਦੇ ਨੇੜੇ ਗਏ, ਉਹਦਾ ਸਿਰ ਆਪਣੀ ਗੋਦ ਦੇ ਵਿੱਚ ਬੜੇ ਪਿਆਰ ਦੇ ਨਾਲ ਰੱਖਿਆ ਔਰ ਬਹੁਤ ਪਿਆਰ ਨਾਲ ਉਹਦੇ ਨਾਲ ਬਚਨਾਂ ਦੀ ਸਾਂਝ ਪਾ ਰਹੇ ਆ। ਅਖੀਰ ਭਾਈ ਮੁਗਲੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਾਜ਼ਰ ਹਜ਼ੂਰੀ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਕਰਦੇ ਆ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕਹਿ ਕਰਕੇ ਦੋਏ ਕਰ ਦੋਵੇਂ ਹੱਥ ਜੋੜ ਕਰਕੇ, ਜਦੋਂ ਭਾਈ ਮੁਗਲੂ ਸਾਹਿਬ ਨੇ ਆਪਣਾ ਸਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਰੱਖਿਆ, ਮੱਥਾ ਟੇਕਿਆ, ਇਤਿਹਾਸ ਬਚਨ ਕਰਦਾ ਕਿ ਭਾਈ ਮੁਗਲੂ ਸਾਹਿਬ ਜੀ ਦੇ ਪ੍ਰਾਣ ਪੰਖੇਰੂ ਹੋ ਗਏ। ਗੁਰੂ ਨੇ ਆਪਣਾ ਵਾਅਦਾ ਨਿਭਾਇਆ, ਭਾਵੇਂ ਦੋ ਜਾਮੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਗੁਰੂ ਹੰਢਾ ਚੁੱਕਿਆ, ਪਰ ਆਪਣੇ ਵਾਅਦੇ ਨੂੰ ਗੁਰੂ ਸਾਹਿਬ ਕਦੇ ਨਹੀਂ ਭੁੱਲਦੇ। ਇਹ ਜਿਹੜੀ ਭਾਵਨਾ ਮਨ ਵਿੱਚ ਹੋਣੀ ਚਾਹੀਦੀ ਹੈ, ਮੈਂ ਬਚਨ ਕਰ ਰਿਹਾ ਸਾਂ। ਭਾਈ ਸ਼ੁਭਦੀਪ ਸਿੰਘ ਜੀ ਸ਼ਬਦ ਪੜ੍ਹ ਰਹੇ ਸੀ, ਉਸੇ ਸ਼ਬਦ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਆਰੰਭ ਕਰ ਲਈ ਕਿ ਮਨ ਵਿੱਚ ਇਹ ਭਰੋਸਾ ਹੋਣਾ ਚਾਹੀਦਾ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ। ਹੱਸਦੇ ਨੇ ਲੋਕ ਹੱਸਣ, ਭਾਈ ਮੁਗਲੂ ਨੂੰ ਲੋਕੀ ਕਹਿੰਦੇ ਸੀ ਵੇਖੋ ਕੈਸਾ ਪਾਗਲ ਬੰਦਾ, ਕੈਸਾ ਹੈ, ਕੈਸਾ ਭੋਲਾ ਬੰਦਾ, ਵੀ ਦੱਸ ਤੂੰ ਆਪਣੇ ਘਰ ਦੇ ਦਰਵਾਜ਼ਿਆਂ ਨੂੰ ਤੋੜਾ ਰਿਹਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਤੇ ਕੋਈ ਅਜੇ ਨਾਮੋ ਨਿਸ਼ਾਨ ਨੇ ਦੂਰ ਦੂਰ ਤੱਕ ਨਹੀਂ ਵਿਖਰੇ, ਪਰ ਭਾਈ ਮੁਗਲੂ ਦੀ ਭਾਵਨਾ ਕਹਿੰਦੀ ਹੈ ਮੇਰਾ ਗੁਰੂ ਜੋ ਵਾਅਦਾ ਕਰ ਲੈਂਦਾ ਉਸ ਨੂੰ ਕਰਕੇ ਵਿਖਾ ਦਿੰਦਾ। ਤੇ ਗੁਰੂ ਸਾਹਿਬ ਨੇ ਉਹ ਕਿਰਪਾ ਕੀਤੀ, ਲੋਕਨ ਕੀ ਚਿਤਰਾਈ ਉਪਮਾ ਤੇ ਬੈ ਸੰਤਰ ਡਾਰ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ, ਅਬ ਹਮ ਚਲੀ ਠਾਕੁਰ ਪੈਹਾਰ। ਹੁਣ ਮੈਂ ਆਪਣੇ ਗੁਰੂ ਤੋਂ ਆਪਣੇ ਪਰਮੇਸ਼ਵਰ ਤੋਂ ਹਾਰ ਕੇ ਚੱਲੀ ਹਾਂ। ਹਾਰਨ ਦਾ ਭਾਵ ਹੈ ਮੈਂ ਆਪਣਾ ਮਨ, ਆਪਣਾ ਤਨ, ਆਪਣਾ ਧਨ, ਆਪਣਾ ਮਾਣ, ਆਪਣਾ ਸਿਆਣਪ, ਆਪਣਾ ਸਭ ਕੁਝ ਮੈਂ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ, ਈਵਨ ਆਪਣੇ ਔਗਣ ਵੀ ਗੁਰੂ ਸਾਹਮਣੇ ਰੱਖ ਦਿੱਤੇ ਆ। ਗੁਣ ਤੇ ਸਾਰੇ ਹੀ ਰੱਖਦੇ ਹਾਂ ਨਾ ਆਪਾਂ, ਆਪਣੇ ਆਪ ਨੂੰ ਵੱਡਾ ਤੇ ਸਾਰੇ ਹੀ ਦਰਸਾਉਂਦੇ ਹਾਂ, ਪਰ ਗੱਲ ਤੇ ਵੱਡੀ ਇਹ ਹੈ ਕਿ ਗੁਰੂ ਸਾਹਿਬ ਦੇ ਗਾੜੀ, ਗੁਰੂ ਸਾਹਿਬ ਜੀ ਕੇ ਸਨਮੁਖ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਦੋਵੇਂ ਹੱਥ ਜੋੜ ਕੇ ਭਾਈ ਭੱਟ ਕੀਰਤ ਸਾਹਿਬ ਵਾਂਗੂ ਇਹ ਕਹਿ ਹੀ ਦੇਣਾ ਚਾਹੀਦਾ, ਮਹਾਰਾਜ ਜੀ ਮੈਂ ਵੱਡਾ ਨਹੀਂ ਹਾਂ, ਮੇਰੇ 'ਚ ਔਗੁਣ ਹੈ ਹੀ ਕੋਈ ਨਹੀਂ, ਔਗੁਣਾਂ ਨਾਲ ਮੈਂ ਭਰਪੂਰ ਹਾਂ, ਹਮ ਅਵਗਣ ਭਰੇ ਏਕ ਗੁਣ ਨਾਹੀ। ਨਹੀਂ ਤਾਂ ਇਹ ਵੀ ਕਹਿ ਸਕਦੇ ਹਾਂ ਨਾ ਮੇਰੇ ਵਿੱਚ 99 ਔਗਣ ਪਰ ਇੱਕ ਗੁਣ ਹੈ ਮੇਰੇ 'ਚ। ਉਹ ਕਹਿਣ ਲੱਗੇ ਨਹੀਂ, ਮੇਰੇ ਵਿੱਚ ਤੇ 100 ਦੇ 100 ਔਗਣ ਹੈ। ਜਦੋਂ ਇੱਦਾਂ ਆ ਕਰਕੇ ਬੇਨਤੀ ਕਰਾਂਗੇ ਫਿਰ ਗੁਰੂ ਸਾਹਿਬ ਜ਼ਰੂਰ ਮੰਨ ਲੈਣਗੇ। ਸੋ ਸਤਿਗੁਰੂ ਕਿਰਪਾ ਕਰਨ, ਬਹੁਤ ਹੀ ਪਿਆਰ ਔਰ ਸਤਿਕਾਰ ਵਾਲੇ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਆਪ ਸੰਗਤਾਂ ਦੇ ਦਰਮਿਆਨ ਆਪਣੀ ਮਨੋਹਰ ਬਚਨਾਂ ਦੇ ਨਾਲ, ਗੁਰਬਾਣੀ ਕੀਰਤਨ ਦੇ ਨਾਲ ਆਪ ਜੀ ਨੂੰ ਨਿਹਾਲ ਕਰਨ ਵਾਸਤੇ ਸਮਾਗਮ ਦੀ ਸ਼ੋਭਾ ਵਧਾ ਰਹੇ ਨੇ। ਹੁਣ ਉਹਨਾਂ ਦਾ ਸਮਾਂ ਹੈ, ਸ਼ਾਮ ਨੂੰ ਆਪਾਂ ਇਸੇ ਸੰਦਰਭ ਨੂੰ ਫਿਰ ਅੱਗੇ ਤੋਰਾਂਗੇ ਕਿ ਜੇਕਰ ਗੁਰੂ ਦਾ ਸਰੀਰ ਵੀ ਨਾ ਰਵੇ ਨਾ ਤੇ ਗੁਰੂ ਆਪਣਾ ਵਾਅਦਾ ਆਪਣਾ ਫਿਰ ਵੀ ਪੂਰਾ ਕਰ ਦਿੰਦਾ ਹੈ। ਇਹਨਾਂ ਵਿਚਾਰਾਂ ਨੂੰ ਆਪਾਂ ਫਿਰ
रात दे दीवान दे विच सांझ पाउण दा यतन करांगे। भुल चुक दी खिमा सतगुरु सच्चे पातशाह कृपा करन, दया करन, मेहर करन, सारयां दे सिर ते मेहर भरिया हथ रख के दरों करों गुरसिखी जीवन नाम दी दात बख्श करके सतगुरु जी कृतार्थ करन। भुल चुक दी खिमा जी देहो सज्जन असीसड़ियां, ज्यों वै साहिब सो मेल। वाहिगुरु जी का खालसा, वाहिगुरु जी।